ਸ਼ਿਵਸੈਨਾ ਗਰੁੱਪ ਦੇ ਆਗੂ ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਹੈ ਤੇ ਇਹ ਹਮਲਾ ਇੱਕ ਸ਼ਰਾਬੀ ਵਿਅਕਤੀ ਦੇ ਵੱਲੋਂ ਕੀਤਾ ਗਿਆ ਤੇ ਜਾਣਕਾਰੀ ਮੁਤਾਬਕ ਸ਼ਰਾਬ ਦੇ ਨਸ਼ੇ ਚ ਧੁੱਤ ਵਿਅਕਤੀ ਨੇ ਸ਼ਿਵਸੈਨਾ ਸ਼ਿੰਦੇ ਗਰੁੱਪ ਦੇ ਆਗੂ ਦੇ ਨਾਲ ਨਾਲ ਦੋ ਹੋਰ ਲੋਕਾਂ ਨੂੰ ਵੀ ਜ਼ਖਮੀ ਕਰ ਦਿੱਤਾ ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਮਾਮਲਾ ਸਾਹਮਣੇ ਹੈ ਫਾਜ਼ਿਲਕਾ ਤੋਂ। ਜਾਣਕਾਰੀ ਮੁਤਾਬਕ ਇਹ ਵਿਅਕਤੀ ਇੱਕ ਹੋਟਲ ਚ ਖਾਣਾ ਲੈਣ ਆਇਆ ਸੀ ਤੇ ਪੈਸਿਆਂ ਨੂੰ ਲੈ ਕੇ ਇਸ ਵਿਅਕਤੀ ਨੇ ਹੋਟਲ ਮਾਲਕ ਦੇ ਨਾਲ ਗੁੰਡਾਗਰਦੀ ਕੀਤੀ, ਭੱਦੀ ਸ਼ਬਦਾਵਲੀ ਬੋਲੀ ਅਤੇ ਧਮਕੀਆਂ ਵੀ ਦਿੱਤੀਆਂ, ਜਿਸ ਤੋਂ ਬਾਅਦ ਮਾਮਲਾ ਸੁਲਝਾਉਣ ਆਏ ਸ਼ਿਵ ਸੈਨਾ ਸ਼ਿੰਦੇ ਗਰੁੱਪ ਦੇ ਆਗੂ ਉਮੇਸ਼ ਕੁਮਾਰ ਤੇ ਨੌਜਵਾਨ ਨੇ ਹਮਲਾ ਕਰ ਦਿੱਤਾ, ਜਿਸ ਦੇ ਬਾਅਦ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਤੇ ਪੁਲਿਸ ਮੌਕੇ ਤੇ ਪਹੁੰਚੀ ਤੇ ਪੁਲਿਸ ਦੀ ਮੌਜੂਦਗੀ 'ਚ ਵੀ ਨੌਜਵਾਨ ਨੇ ਇੱਕ ਵਾਰ ਫੇਰ ਹਮਲਾ ਕੀਤਾ, ਜਿਸ ਤੋਂ ਬਾਅਦ ਸਾਰੇ ਜ਼ਖਮੀਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਪਰ ਦੂਜੇ ਪਾਸੇ ਜਿਸ ਨੌਜਵਾਨ ਤੇ ਸ਼ਿਵ ਸੈਨਾ ਆਗੂ ਤੇ ਹਮਲਾ ਕਰਨ ਦਾ ਇਲਜ਼ਾਮ ਲੱਗਿਆ, ਉਸਨੇ ਆਪਣੀ ਸਫਾਈ ਦਿੰਦੇ ਹੋਏ ਕਿਹਾ ਕਿ ਉਹ ਹੋਟਲ 'ਚ ਰੋਟੀ ਲੈਣ ਆਇਆ ਸੀ ਤੇ ਹੋਟਲ ਮਾਲਕ ਵੱਲੋਂ ਰੋਟੀ ਦੇ ਪੈਸੇ ਜ਼ਿਆਦਾ ਬੋਲਣ ਤੇ ਉਸਨੇ ਪੈਸੇ ਘੱਟ ਕਰਾਉਣੇ ਚਾਹੇ, ਪਰ ਹੋਟਲ ਮਾਲਕ ਨੇ ਉਸ ਨੂੰ ਭਿਖਾਰੀ ਬੋਲਿਆ ਤੇ 5-7 ਜਣਿਆਂ ਤੋਂ ਉਸ ਤੇ ਹਮਲਾ ਕਰਵਾ ਦਿੱਤਾ, ਜਿਸ ਕਾਰਨ ਉਹ ਜ਼ਖਮੀ ਹੋ ਗਿਆ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਆਪਣੇ ਰਾਮ ਕੁਮਾਰ, ਮੈਂ ਜੀ ਰੋਟੀ ਲੈਣ ਗਏ ਸੀ ਜੀ। ਮੈਂ ਕਿਹਾ ਬਈ ਰੋਟੀ ਦੇ ਦੇ, ਠੀਕ ਹੈ। ਉਹਦੇ ਕੋਲ ਚੀਜ਼ ਚੁੱਲ੍ਹੀ ਮੈਂ ਪੈਕ ਕਰਾਈ, ਉਹਦੇ ਕੋਲ ਮੈਂ ਚੀਜ਼ ਚੁੱਲ੍ਹੀ ਪੈਕ ਕਰਾਈ ਅਤੇ ਮੈਂ ਕਿਹਾ ਬਈ 2 ਕੁ ਮੈਨੂੰ ਫੁਲਕੇ ਖਵਾ ਦੇ। ਮੈਂ ਕਿਹਾ 2 ਕੁ ਮੈਨੂੰ ਫੁਲਕੇ ਖਵਾ ਦੇ। ਕਹਿੰਦਾ 70 ਰੁਪਏ ਲੱਗਣਗੇ। ਅੱਛਾ, 2 ਕੁ ਫੁਲਕੇ ਖਾਣੇ ਨੇ, ਥੋੜ੍ਹੀ ਸਬਜ਼ੀ ਦੇ। ਕਹਿੰਦਾ 70 ਰੁਪਏ ਲੱਗਣਗੇ। ਮੈਂ ਕਿਹਾ ਜਿੰਨੇ ਬਣਦੇ ਨੇ ਤੂੰ ਲੈ ਲਈ। ਕਹਿੰਦਾ ਕਿ ਤੂੰ ਕੀ ਭੀਖ ਮੰਗਦਾ ਪਿਆ, ਤੂੰ ਐਵੇਂ ਖਾ ਲੈ। ਮੈਂ ਕਿਹਾ ਮੈਂ ਕੀ ਭਿਖਾਰੀ ਹੈਗਾ, ਐਵੇਂ ਖਾ ਲਵਾਂ ਬਈ? ਆਹ ਜੀ ਗੱਲ ਹੋਈ ਸੀ। ਕਹਿੰਦਾ ਤੂੰ ਐਵੇਂ ਖਾ ਲਾ। ਮੈਂ ਕੀ ਭਿਖਾਰੀ ਹੈਗਾ? ਮੈਂ ਕਿ ਐਵੇਂ ਕੀ ਮੈਂ ਖਾ ਲੈ ਬਈ? ਇਹੋ ਜਿਹੀ ਗੱਲ ਸੀ ਉਹ ਬਾਈ। ਆ ਗਏ 5-7 ਜਣੇ ਇਕੱਠੇ ਹੋ ਗਏ। ਭਿਖਾਰੀ ਹੈਗਾ, ਔਰ ਕੀ ਹੈਗਾ? ਇਹੋ ਹੀ ਗੱਲ ਹੋਈ ਸੀ। ਉਹਦੇ ਬਾਅਦ 5-7 ਜਣੇ ਆ ਗਏ ਤਾਂ ਲੱਗ ਗਏ ਮੇਰੇ ਇਕੱਲੇ ਨੂੰ। ਉਹ ਜੀ ਰੈਸਟੋਰੈਂਟ ਵਾਲੇ ਹੈਗੇ ਸੀ ਉੱਥੇ, ਉਹਦੇ ਪਿਓ ਵੀ ਹੈਗਾ ਸੀ, 2-4 ਨੌਕਰ ਹੈਗੇ ਸੀ। ਇੱਕ ਉਹ ਆ ਗਿਆ ਵੀਡੀਓ ਬਣਾਉਣ ਵਾਲਾ, ਵਾਧੂ ਜਣੇ ਹੈਗੇ ਸੀ, ਸਾਰੇ ਲੱਗ ਗਏ ਮੈਨੂੰ ਇਕੱਲੇ ਨੂੰ ਮਾਰਨ ਨੂੰ। ਕੁਛ ਨਹੀਂ ਜੀ, ਉਹਦਾ ਬਸ ਸਾਰੇ, ਉਹਦਾ ਪਤਾ ਨਹੀਂ ਕੀ ਖਾਰ ਕਰਦਾ। ਉਹ ਤਾਂ ਸਭ ਤੋਂ ਪਹਿਲਾਂ ਮੇਰੇ ਉੱਤੇ ਆਇਆ, ਉਹਨੇ ਸਭ ਤੋਂ ਪਹਿਲਾਂ ਲੱਤਾਂ ਮਾਰੀਆਂ। ਉਹ ਜਿਹੜਾ ਇੱਕ ਤਾਂ ਹੋਟਲ ਵਾਲਾ ਹੈਗਾ ਮੁੰਡਾ ਹੈਗਾ, ਇੱਕ ਉਹਦਾ ਪਿਓ ਹੈਗਾ ਅਤੇ ਇੱਕ ਸ਼ਿਵ ਸੈਨਾ ਵਾਲਾ ਹੈਗਾ ਮੁੰਡਾ, ਇੱਕ ਉਹ ਹੈਗਾ। ਕੁਛ ਨਹੀਂ ਜੀ, ਬਸ ਥੱਲੇ ਮੈਨੂੰ ਪਾ ਗਏ। ਵਾਧੂ ਜਣੇ ਹੈਗੇ ਜੀ, 15-20 ਜਣੇ, ਸਾਰੇ ਜਣੇ ਬਸ ਇਕੱਠੇ ਹੋ ਗਏ ਮਾਰਨ ਲੱਗ ਗਏ ਮੈਨੂੰ। ਉਹ 20-30 ਰੁਪਏ ਦਾ ਰੋਲਾ ਹੈਗਾ ਸੀ। ਮੈਂ ਤਾਂ ਉਹਨੂੰ ਬਸ ਕਿਹਾ ਸੀ ਮੈਨੂੰ ਰੋਟੀ ਖਵਾ ਦੇ, 2-4 ਫੁਲਕੇ। ਇਹੋ ਰੋਲਾ ਸੀ, ਹੋਰ ਕੁਛ ਨਾ। ਮੈਂ ਤਾਂ ਮੰਗ ਕਰਦਾ ਬਾਈ ਮਸਲਾ ਹੱਲ ਕਰੋ, ਮਾਰਿਆ 4-5 ਜਣੇ। ਸਾਰੇ ਜਣ ਇਕੱਠੇ ਹੋ ਕੇ ਜਿਹੜਾ ਮੇਰੇ ਨਾਲ ਕੀਤਾ ਇਨਸਾਫ, ਮੈਨੂੰ ਤਾਂ ਇਨਸਾਫ ਮਿਲਣਾ ਚਾਹੀਦਾ। ਉਹਦੇ ਨਾਲ ਤਾਂ ਕੁਛ ਵੀ ਨਹੀਂ ਹੈਗਾ, ਉਹ ਤਾਂ ਐਵੇਂ ਵਿੱਚ ਆ ਕੇ ਬਸ, ਉਹ ਤਾਂ ਐਵੇਂ ਆ ਕੇ ਬਸ, ਆਪਦੇ ਵਿੱਚ ਆ ਕੇ ਬਸ ਵਾਧੂ ਪੁੱਟਿਆ ਮੈਨੂੰ। ਬਸ 20 ਕੁ ਜਣੇ ਲੱਗ ਗਏ ਸੀ ਇਕੱਲਿਆਂ ਨੂੰ। ਮੈਂ ਸਬਜ਼ੀ ਰੇੜੀ ਲਾਉਣਾ ਮੀਟ ਮਾਰਕੀਟ 'ਚ, ਮੰਗ ਕਰ ਰਿਹਾ ਜੀ ਬਸ ਆਏ, ਮੰਗ ਕਰ ਰਿਹਾ ਜੀ ਮੈਂ ਆਪਦੇ ਇਨਸਾਫ ਦੀ। ਬਹੁਤ ਲੱਤਾਂ ਮਾਰੀਆਂ ਛਾਤੀ ਦੇ ਮੇਰੇ ਉੱਤੇ। ਕੁਛ ਨਹੀਂ ਜੀ, ਮੈਂ ਤਾਂ ਬਾਜ਼ਾਰ ਸੀ, ਬਰਾਂ ਦਾ ਫੋਨ ਆਇਆ ਜੀ ਕਿ ਮਤਲਬ ਰੋਲਾ ਹੋ ਗਿਆ ਮੇਰਾ। ਮੈਂ ਤਾਂ ਹੋਟਲ ਗਿਆ, ਉੱਥੇ ਜਾ ਕੇ 19 ਦਿਨ 'ਚ ਉਹਨਾਂ ਦਾ ਲੜ ਰਹੇ ਸੀ ਪਹਿਲਾਂ।
ਜਾ ਕੇ ਛੁੜਾਇਆ, ਉਹ ਫਿਰ ਮੇਰੇ ਮੱਖੀ ਪੈਦਾ ਹੀ ਮੈਂ ਗਿਆ। ਉਹ ਮੇਰੇ ਇੱਥੇ ਉਹਨੇ ਪਤਾ ਨਹੀਂ ਕੀ ਮਾਰਿਆ ਜੀ ਸਿਰ 'ਤੇ, ਮੇਰੇ ਇੱਥੇ ਚੋਟ ਲੱਗੀ ਜੀ। ਥੋੜ੍ਹਾ ਜੀ ਸਬਜ਼ੀ ਦਾ ਸੀ ਬਸ, ਉਹਨੂੰ ਕਿਹਾ ਕਿ ਮਤਲਬ 70 ਰੁਪਏ ਥਾਲੀ ਹੈ, ਅਤੇ ਉਹ ਕਹਿੰਦਾ ਮੈਂ ਤਾਂ 30 ਰੁਪਏ ਦੇਵਾਂਗਾ। ਆਪਾਂ ਨੇ ਕਿਹਾ ਤਾਂ ਵੀ ਚੱਲ ਤੂੰ ਨਾ ਹੀ ਦੇ ਪੈਸੇ, ਤੂੰ ਰੋਟੀ ਖਾ ਲੈ। ਨਾ ਜੀ, ਉਹ ਕਹਿੰਦਾ ਮੈਂ ਬਿਹਾਰ ਹੀ ਸੁੱਟਣਾ ਹੈਗਾ। ਮੈਂ ਇੰਨੇ ਤੋਂ ਉਹ ਪਾਪਾ ਨੂੰ ਧਮਕੀਆਂ ਦੇਣ ਲੱਗ ਪਿਆ ਕਿ ਸਵੇਰ ਅਸੀਂ ਮੰਡੀ ਆਇਆ ਜੀ, ਤੁਹਾਨੂੰ ਮੰਡੀ ਵੇਖ ਲਾਉਂਦਾ ਮੈਂ। ਅਤੇ ਪਾਪਾ ਨੇ ਫਿਰ ਬਸ ਇੰਨੇ 'ਚ ਹੱਥੋਂ ਮੱਖੀ ਹੋ ਗਈ ਜੀ। ਉਹ ਇਕੱਲਾ ਹੀ ਨਾ ਸੀ, ਉਦੋਂ ਛੋਟਾ ਬ੍ਰਦਰ ਸੀ ਅਤੇ ਪਾਪਾ ਸੀ। ਉਹ ਬੰਦਾ ਹੀ ਸਬਜ਼ੀ ਦੀ ਜਿਹੜੀ ਕੰਮ ਕਰਦਾ ਜੀ, ਰੇਹੜੀ ਦਿੰਦੀ। ਮੈਂ ਅਤੇ ਪ੍ਰਧਾਨ ਜੀ ਦੋਵੇਂ ਦਾਖਲ, ਅਤੇ ਛੋਟਾ ਬ੍ਰਦਰ ਹੈ ਜੀ। ਪ੍ਰਧਾਨ ਜੀ ਇਹ ਚੱਲੇ ਸੀ ਮੰਦਰ ਜੀ, ਅਤੇ ਮੰਦਰੋਂ ਜਾ ਰਹੇ ਸੀ ਅਤੇ ਛੋਟੇ ਬ੍ਰਦਰ ਦਾ ਫੋਨ ਗਿਆ ਪ੍ਰਧਾਨ ਜੀ ਨੂੰ, ਅਤੇ ਪ੍ਰਧਾਨ ਜੀ ਉੱਥੇ ਆਏ ਅਤੇ ਇਹਨਾਂ ਨੇ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਉਹ ਉਲਟਾ ਪ੍ਰਧਾਨ ਜੀ 'ਤੇ ਗੱਲ ਪੈ ਗਈ। ਬਾ ਇਹਨਾਂ ਨੂੰ ਕੁਛ ਨਹੀਂ, ਬਸ ਸਮਝਾ ਰਹੇ ਸੀ, ਉਹਨੇ ਪੀਤੀ ਹੋਈ ਸੀ, ਉਹਨੂੰ ਹੋਸ਼ ਹੀ ਨਹੀਂ ਸੀ ਜੀ, ਬਹੁਤ ਜ਼ਿਆਦਾ ਡਰਿੰਕ ਕੀਤੀ ਹੋਈ ਸੀ ਉਹਦੇ, ਅਤੇ ਉਹ ਇਹਨਾਂ ਦੇ ਸਮਝਾਉਣ ਦੀ ਬਜਾਏ ਇਹਨਾਂ ਦੀ ਗੱਲ ਪੈ ਗਿਆ। ਇਹ ਪ੍ਰਧਾਨ ਜੀ, ਇਹ ਐਮ ਪੀ ਸਾਹਿਬ ਦੇ ਪ੍ਰਧਾਨ, ਇਹ ਸ਼ਿਵ ਸੈਨਾ ਜੀ, ਇਹ ਫਿਰੋਜ਼ਪੁਰ ਜ਼ਿਲ੍ਹਾ। ਬਸ ਅਸੀਂ ਮੰਗ ਚਾਹੁੰਦੇ ਹਾਂ ਜੀ, ਕੱਲ੍ਹ ਨੂੰ ਇਹ ਫਿਰ ਸਾਡੇ 'ਤੇ ਹਮਲਾ ਨਾ ਕਰਦੇ ਬਾਜ਼ਾਰ 'ਤੇ, ਸ਼ਰਾਬੀ ਬੰਦਾ ਜੀ, ਅਤੇ ਨਾ ਉਹਨੂੰ ਕੁਛ ਨਹੀਂ ਪਤਾ ਜੀ, ਸ਼ਰਾਬੀ ਬੰਦਾ, ਸਬਜ਼ੀ ਰੇਹੜੀ ਲਾਉਂਦਾ ਬਾਜ਼ਾਰ ਦੇ ਵਿੱਚ। ਕੱਲ੍ਹ ਨੂੰ ਫਿਰ ਮੰਨ ਲਓ ਹੋਟਲ ਲਾ ਕੇ ਸਾਡੇ 'ਤੇ ਕੋਈ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਦੇਵੇ ਜੀ। ਰੋਲਾ ਸਿਰਫ ਜੀ 70 ਰੁਪਏ ਦਾ ਜੀ। ਸਾਰੇ ਸਾਡੇ ਕੋਲ ਰੋਟੀ ਲੈਣ ਆਇਆ ਸੀ, ਆਪਣਾ ਹੋਟਲ ਹੈ ਸਿਟੀ ਵਿਲਾ, ਅਤੇ ਆਪਣੇ ਕੋਲ ਰੋਟੀ ਲੈਣ ਆਇਆ ਸੀ, ਇਹਨੇ ਦਾਰੂ ਬਹੁਤ ਪੀਤੀ ਹੋਈ ਸੀ। ਠੀਕ ਹੈ ਜੀ। ਇਹ ਜ਼ਬਰਦਸਤੀ ਕਰਦਾ ਸੀ, ਕਦੇ ਕੋਈ ਗਾਲ ਕੱਢਦਾ ਸੀ ਵਾਰੀ ਵਾਰੀ, ਮੈਂ ਕਿਹਾ ਭਰਾ ਜਾ ਰੱਬ ਦਾ ਵਾਸਤਾ ਹੀ ਤੂੰ ਰੋਟੀ ਲੈ ਕੇ ਚੱਲਾ। ਮੈਨੂੰ ਕਹਿੰਦਾ ਤੂੰ ਸਵੇਰੇ ਮੰਡੀ ਆਏ ਤੈਨੂੰ ਤਾਂ ਮੈਂ ਮੰਡੀ ਵੇਖ ਲੈਣਾ। ਅੱਛਾ ਜੀ। ਕਿਉਂਕਿ ਸਬਜ਼ੀ ਸੁਬਜ਼ੀ ਲੈ ਕੇ ਜਾਈਦਾ ਜੀ, ਜਾਣਕਾਰ ਸੀ, ਅਤੇ ਉਸ ਤੋਂ ਬਾਅਦ ਫਿਰ ਇਹ ਗਾਲੀ ਗਲੋਚੀ ਕਰਨ ਲੱਗ ਪਿਆ ਜੀ। ਫਿਰ ਮੁੰਡੇ ਸਾਡੇ ਨੂੰ ਇਹਨੂੰ ਥੱਲੇ ਦੇ ਤਾ, ਉਹਨੂੰ ਛੱਡੇ ਹੀ ਨਾ, ਇੱਥੋਂ ਕੰਮ ਬਸ ਜੀ ਬਹੁਤ ਜ਼ਿਆਦਾ ਹੋ ਗਿਆ। ਉਹਨੂੰ ਤਾਂ ਦਾਰੂ ਪੀਤੀ ਹੋਈ ਸੀ, ਸਾਡੇ ਪੀਤੀ ਨਹੀਂ ਹੋਈ ਸੀ, ਉਹ ਸਾਨੂੰ ਗਾਲਾਂ ਕੱਢਣ ਲੱਗ ਪਏ। ਸਬਜ਼ੀ ਲੈਣ ਆਇਆ ਸੀ, ਸਬਜ਼ੀ 30 ਰੁਪਈਆਂ ਦੀ ਸਬਜ਼ੀ ਸੀ, ਅਤੇ ਅਸੀਂ ਉਹਨੂੰ ਕਿਹਾ ਵੀ ਤੂੰ ਜਾ ਰੱਬ ਦਾ ਵਾਸਤਾ, ਤੇਰੇ ਦਾਰੂ ਪੀਤੀ ਹੋਈ। ਕੁਛ ਨਹੀਂ ਮੰਗਿਆ ਜੀ, ਉਹਦੇ ਦਾਰੂ ਪੀਤੀ ਸੀ, ਗਾਲਾਂ ਹੀ ਕੱਢਣ ਲੱਗ ਪਏ। ਅੱਛਾ ਜੀ। ਹਾਂ, ਬਸ ਇੱਥੋਂ ਦਾਰੂ ਪੀ ਕੇ ਫਿਰ ਸਾਨੂੰ ਮਾਰਨ ਲੱਗ ਪਏ। ਇਹ ਸਾਡੇ ਕੋਲ ਉੱਥੇ ਹੈਗੇ ਨੇ ਜੀ, ਸਾਡੇ ਉੱਤੇ ਸਿਟੀ ਮਿਲਾ ਆਫਿਸ ਹੈ ਇਹਨਾਂ ਦਾ। ਇਹ ਜਦੋਂ ਸਾਡੇ ਕੋਲ ਆਏ ਜੀ, ਇਹ ਵੀ ਉੱਥੇ ਹੈਗੇ ਸੀ, ਇਹਨਾਂ ਦੇ ਵੀ ਗੱਲ ਪੈ ਗਿਆ ਜੀ ਉੱਥੇ, ਕਿਉਂਕਿ ਦਾਰੂ ਉਹਦੇ ਬਹੁਤ ਪੀਤੀ ਸੀ। ਅੱਛਾ। ਕਿਉਂਕਿ ਦਾਰੂ ਪੀਣ ਕਰਕੇ ਉਹ ਹਰ ਇੱਕ 'ਤੇ ਗੱਲ ਪੈਂਦਾ ਸੀ। ਇੱਕੋ ਬੰਦਾ ਸੀ, ਉਹ 20 ਬੰਦਿਆਂ ਨੂੰ ਵੀ ਦਵਾਲ ਨਹੀਂ ਸੀ ਜੀ। ਸਰ ਰੋਲਾ ਕੋਈ 20 ਰੁਪਈਆਂ ਦਾ, ਕੋਈ ਕੁਛ ਨਹੀਂ ਹੁੰਦਾ। ਦਾਰੂ ਪੀਤੀ ਹੋਈ ਸੀ, ਉਹ ਸਾਨੂੰ ਅਟੈਕ ਕਰ ਰਿਹਾ ਸੀ ਵਾਰ ਵਾਰ, ਕਦੇ ਕੁਛ ਕਹਿ ਰਿਹਾ ਸੀ, ਕਦੇ ਕੁਛ ਕਹਿ ਰਿਹਾ ਸੀ, ਕਦੇ ਗਾਲਾਂ ਕੱਢਦਾ ਸੀ, ਕਦੇ ਸਾਨੂੰ ਵਾਰੀ ਵਾਰੀ ਮਾਵਾਂ ਭੈਣਾਂ ਦੀ ਗਾਲਾਂ ਕੱਢੇ, ਕਦੇ ਕਹਿੰਦਾ ਸਵੇਰੇ ਮੈਂ ਤੁਹਾਨੂੰ ਮੰਡੀ ਵੇਖ ਲਵਾਂਗਾ, ਉੱਥੇ ਮੈਂ ਤੁਹਾਨੂੰ ਸੁਲਟ ਲਵਾਂਗਾ, ਬਹੁਤ ਧਮਕੀਆਂ ਦਿੰਦਾ ਸੀ। ਸਰ ਗੱਲ ਪਤਾ ਕਿ ਇਹ ਭਾਈ ਸਾਹਿਬ ਉੱਥੇ ਹੈਗੇ ਸੀ, ਮੌਜੂਦਾ ਸੀ, ਇਹਨਾਂ ਨੇ ਵੀ ਛੁਡਾਉਣ ਦੀ ਕੋਸ਼ਿਸ਼ ਕੀਤੀ, ਲੇਕਿਨ ਇਹਨਾਂ ਦੀ ਵੀ ਗੱਲ ਪੈ। ਰਮੇਸ਼ ਕੁਮਾਰ ਜੀ ਨੇ, MP ਸਾਹਿਬ ਸ਼ਿਵ ਸੈਨਾ ਦੇ ਪ੍ਰਧਾਨ ਜੀ। ਸਰ ਅਸੀਂ ਤਾਂ ਕਹਿੰਦੇ ਇਹਨਾਂ ਨੂੰ ਮਤਲਬ ਪੂਰੀ ਕਾਰਵਾਈ ਕੀਤੀ ਜਾਵੇ, ਇਸ ਤਰ੍ਹਾਂ ਤਾਂ ਕੋਈ ਆ ਕੇ ਸਾਡੇ ਹੋਟਲ ਦੇ ਆ ਕੇ ਕਿਸੇ ਤਰ੍ਹਾਂ ਦੇ ਵੀ ਅਟੈਕ ਕਰ ਸਕਦਾ। ਆ ਪੁਲਿਸ ਤਾਂ ਆਈ ਹੈ ਜੀ, ਅਸੀਂ ਇਹਨਾਂ ਨੂੰ ਚੁਕਵਾਇਆ ਜੀ, ਪੁਲਿਸ ਬੁਲਾ ਕੇ ਮਤਲਬ ਪੁਲਿਸ ਵਾਲਿਆਂ ਨੂੰ ਬੁਲਾਇਆ, ਫਿਰ ਅਸੀਂ ਜੀ ਵਿਵਾਦ ਕਿਸੇ ਦਾ ਸੀ, ਪਰ ਉਹ ਮੇਰੇ ਮੈਂਬਰ ਸੀਗੇ ਸ਼ਿਵ ਸੈਨਾ ਦੇ, ਅਤੇ ਮੈਂ ਤਾਂ ਸਿਰਫ ਰਾਜੀਨਾਮਾ ਹੀ ਵਾਸਤੇ ਗਿਆ ਸੀ, ਰਾਜੀਨਾਮਾ ਕਰਕੇ ਛੁਡਾ ਰਿਹਾ ਸੀਗਾ, ਪਰ ਉਹ ਬੰਦੇ ਨੇ ਮੇਰੇ 'ਤੇ ਹੀ ਹਮਲਾ ਕਰਤਾ। ਉਹ ਜਾਣ ਲਿਆ ਵੀ ਹਮਲਾ ਸਮਝ ਲਓ ਵੀ, ਕਿਉਂਕਿ ਮੇਰੇ ਦਾ ਇੱਕਦਮ ਉਹਨੇ ਮਾਰਤਾ, 3 ਟਾਂਕੇ ਲੱਗੇ ਹੋਊਗੇ, ਮੈਂ ਹੱਥ ਐਂ ਕਰ ਲਿਆ ਅਤੇ ਹੱਥ ਦੇ ਵਿੱਚ ਹੀ ਸਾਰਾ ਹੋ ਗਿਆ। ਅਤੇ ਇਹ ਮੈਂ ਤਾਂ ਰਾਜੀਨਾਮੇ ਕਰਾਉਣ ਗਿਆ ਸੀ, ਕਿਉਂਕਿ ਮੈਂ ਆਪ ਜਿਹੜਾ ਹੈਗਾ ਫਿਰੋਜ਼ਪੁਰ ਤੋਂ ਸ਼ਿਵ ਸੈਨਾ ਵੱਲੋਂ ਜਿਹੜਾ ਹੈਗਾ MP ਦਾ ਉਮੀਦਵਾਰ, ਮੈਨੂੰ ਜਿਹੜਾ ਸਾਡੇ ਬਾਲਾ ਸਾਹਿਬ ਠਾਕਰੇ ਉਹਨਾਂ ਦੇ ਜਿਹੜੇ ਸਾਡੇ ਪੰਜਾਬ ਪ੍ਰਧਾਨ ਹਰੀ ਸਿੰਗਲਾ ਜੀ ਨੇ ਮੈਨੂੰ ਇੱਥੇ ਟਿਕਟ ਦਿੱਤੀ ਹੈ, ਅਤੇ ਮੈਂ ਤਾਂ ਆਪਦਾ ਜੀ ਜੋ ਅਸੀਂ ਹਮੇਸ਼ਾ ਹੀ ਸੇਵਾ ਕਰਦੇ ਹਾਂ, ਅਤੇ ਉਹੀ ਅਸੀਂ ਕੰਮ ਜਿਹੜਾ ਰਾਜੀਨਾਮੇ ਦਾ ਕਰਾਇਆ, ਅਤੇ ਉੱਥੇ ਮੇਰੇ 'ਤੇ ਹਮਲਾ ਕਰਤਾ। ਸਿਟੀ ਵਿਲਾ ਹੋਟਲ ਦੇ ਬਾਹਰ ਜਿਹੜਾ ਥੱਲੇ ਝਗੜਾ ਹੈ, ਉੱਪਰ ਮੇਰਾ ਆਫਿਸ ਹੈਗਾ ਜਿੱਥੇ ਸਾਡਾ ਦਫ਼ਤਰ ਬਣਾਇਆ ਸ਼ਿਵ ਸੈਨਾ ਦਾ,
ਤੇ ਉੱਥੇ ਥੱਲੇ ਝਗੜਾ ਹੋਇਆ। ਮੈਂ ਉਹਦੇ ਮੰਦਰ ਚੱਲਿਆ ਸੀ ਮੱਥਾ ਟੇਕਣ ਵਾਸਤੇ, ਅੱਜ ਕੀਰਤਨ ਸੀਗਾ 11 ਸੀਗੀ ਸ਼ਾਮ ਬਾਬਾ ਜੀ ਦਾ, ਤੇ ਜਦੋਂ ਮੈਂ ਵਾਪਸ ਉਹਨੂੰ ਫੋਨ ਆਇਆ ਕਿ ਮੈਂਬਰ ਦਾ, ਕਹਿੰਦੇ ਵੀ ਇੱਥੇ ਹਮਲਾ ਕਰਤਾ ਬੰਦੇ ਨੇ, ਜਲਦੀ ਆ ਜਾਓ। ਮੈਂ ਗਿਆ ਤਾਂ ਉੱਥੇ ਜਾ ਕੇ ਦੇਖਿਆ ਤਾਂ ਵਾਕਈ ਉਹਨੇ ਸਾਰੇ ਕੱਪੜੇ ਪਾੜੇ ਸੀ ਮੇਰੇ ਮੈਂਬਰ ਦੇ, ਤੇ ਉਹਨੂੰ ਥੱਲੇ ਡਰਾਇਆ ਹੋਇਆ ਸੀਗਾ ਤੇ ਉੱਤੋਂ ਕੁੱਟੀ ਜਾ ਰਿਹਾ ਸੀ ਤਾਂ ਉਹਨੇ ਮੱਥਾ ਛੁਡਾਇਆ। ਤੇ ਉਸ ਤੋਂ ਬਾਅਦ ਜਿਹੜਾ ਹੈਗਾ ਉਹਨੇ ਜਦੋਂ ਸਾਡੇ ਦੂਜੇ ਮੈਂਬਰ ਆਏ ਉਹਦੇ 'ਤੇ ਵੀ ਹਮਲਾ ਕਰਤਾ। ਉਹ ਬੰਦਾ ਤਕਰੀਬਨ 30-40 ਬੰਦਿਆਂ ਦੁਆਲ ਨਹੀਂ ਆਇਆ, ਇੰਨਾ ਉਹਦੇ 'ਚ ਫਿਲਹਾਲ ਤਾਂ ਇਕੱਲੇ ਹੀ ਦੇਖਿਆ, ਬਾਕੀ ਪਤਾ ਨਹੀਂ ਕਿੰਨੇ ਜਣੇ ਸੀਗੇ। ਭੀੜ ਕਾਫੀ ਹੋ ਗਈ ਸੀ, ਹੱਥੋਂ ਪੱਖੀ ਬਹੁਤ ਜ਼ਿਆਦਾ ਹੁੰਦੀ ਪਈ ਸੀ, ਪਤਾ ਹੀ ਲੱਗਾ ਜੀ ਤੁਹਾਨੂੰ। ਮੈਨੂੰ ਨਾਮ ਨਹੀਂ ਪਤਾ ਕੌਣ ਹੈਗਾ, ਪਰ ਕਹਿੰਦੇ ਨੇ ਕੋਈ ਸਬਜ਼ੀ ਦੀ ਰੇੜੀ ਲਾਉਂਦਾ ਇੱਥੇ ਫਾਜ਼ਿਲਕਾ। ਬਾਤ ਤਾਂ ਮੈਨੂੰ ਨਹੀਂ ਪਤਾ ਕਿਉਂਕਿ ਮੈਨੂੰ ਇੰਨਾ ਪਤਾ ਸੀਗਾ ਵੀ ਕਹਿੰਦੇ ਵੀ ਪੈਸੇ ਨੂੰ ਕੋਈ ਲੈਣ ਦੇਣ ਦਾ ਹੈਗਾ ਸੀਗਾ, ਸਬਜ਼ੀ ਲੈਣ ਗਿਆ ਅਤੇ ਉਹਨਾਂ ਨੇ ਕਿਹਾ ਵੀ ਸਬਜ਼ੀ ਤੂੰ 20 ਰੁਪਏ ਦੀ ਅਸੀਂ ਨਹੀਂ ਦਿੰਦੇ ਅਤੇ ਤੂੰ ਐਵੇਂ ਲੈ ਜਾ, ਕੋਈ ਗੱਲ ਨਹੀਂ। ਕਹਿੰਦਾ ਵੀ ਮੈਂ ਕੋਈ ਭਿਖਾਰੀ ਥੋੜ੍ਹਾ ਹੈਗਾ, ਐਵੇਂ ਲੈ ਜਾ। ਇਹਦੀ ਗੱਲ ਦੇ ਵਿੱਚ ਰੌਲਾ ਹੋ ਗਿਆ ਅਤੇ ਅੰਕਲ ਜੀ ਨੂੰ ਵੀ ਉਹਨੇ ਧਮਕੀਆਂ ਦਿੱਤੀਆਂ, ਕਹਿੰਦਾ ਤੂੰ ਮੰਡੀ ਜਾਏਗਾ ਸਵੇਰੇ ਤੈਨੂੰ ਮੰਡੀ ਦੇਖ ਲਾਂਗੇ। ਅਤੇ ਮੈਨੂੰ ਵੀ ਉਹਨੇ ਬਕਾਇਦਾ ਧਮਕੀਆਂ ਦਿੱਤੀਆਂ, ਕਹਿੰਦਾ ਵੀ ਤੈਨੂੰ, ਕਹਿੰਦਾ ਤੂੰ ਵੱਡਾ ਪ੍ਰਤਿਆਸ਼ੀ ਬਣਿਆ ਫਿਰ ਤੈਨੂੰ ਵੀ ਦੇਖ ਲਾਂਗਾ। ਇਹ ਪੁਲਿਸ ਦੇ ਸਾਹਮਣੇ ਵਿਆਹ ਉਹਨੇ ਧਮਕੀਆਂ ਦਿੱਤੀਆਂ ਨੇ ਮੈਨੂੰ, ਪੁਲਿਸ ਦੇ ਸਾਹਮਣੇ। ਹੋਟਲ ਥੱਲੇ ਢਾਬਾ ਹੈਗਾ ਜੀ, ਉੱਥੇ ਸਬਜ਼ੀ ਬਣੀ ਬਣਾਈ ਸਬਜ਼ੀ ਲੈਣ ਗਿਆ ਸੀ, ਇਹ ਰੇਹੜੀ ਲਾਉਂਦਾ ਜੀ ਸਬਜ਼ੀ ਦੀ, ਆਪਾਂ ਨਹੀਂ ਪਤਾ ਕੱਚੀ ਸਬਜ਼ੀ ਦੀ ਰੇਹੜੀ ਲਾਉਂਦਾ ਜਿਹੜਾ ਬੰਦੇ ਨੇ ਹਮਲਾ ਕੀਤਾ, ਪਤਾ ਲੱਗਿਆ ਮੈਨੂੰ। ਮੈਨੂੰ ਨਹੀਂ ਪਤਾ ਜੀ ਕਿਸ ਚੀਜ਼ ਦਾ ਰੌਲਾ, ਮੈਂ ਤਾਂ ਉੱਥੇ ਛਡਾ ਨਹੀਂ ਗਿਆ ਸੀਗਾ ਜੀ, ਉਹਦੇ 'ਚ ਸਮਝ ਨਹੀਂ ਆਇਆ ਵੀ ਮੇਰੇ ਆਪਦੇ ਸੱਟਾਂ ਮਾਰਤੀਆਂ। ਮੈਂ ਤਾਂ ਮਸਾਂ ਜਾਨ ਬਚਾਈ, ਬੁਲਾਇਆ ਤਾਂ ਪੁਲਿਸ ਆਈ ਮੌਕੇ 'ਤੇ ਜੀ। ਮੇਰੇ ਜੀ ਇੱਕ ਤਾਂ ਇਹਦੇ 'ਤੇ ਪਤਾ ਨਹੀਂ ਕੀ ਮਾਰਿਆ ਅਤੇ 3 ਟਾਂਕੇ ਲੱਗੇ ਨੇ ਜੀ, ਮੇਰੇ ਹੱਡੀ ਦਿਖਣ ਲੱਗ ਗਈ, ਉਂਗਲ ਦੀ ਉਂਗਲ ਵੱਢੀ ਗਈ ਸੀ ਅਤੇ ਕਾਫੀ ਦਰਦ ਵੀ ਮੇਰੇ ਹੈਗਾ ਪਿਛਲੇ ਪਾਸੇ ਪੀਠ ਦੇ ਉੱਤੇ ਵੀ ਕਾਫੀ ਦਰਦ ਹੋਇਆ। ਪਤਾ ਨਹੀਂ ਲੱਗਿਆ ਜੀ, ਰਸ਼ ਬਹੁਤ ਸੀਗਾ, ਹਥਿਆਰ ਸੀਗਾ ਤਾਂ ਹੀ ਵੱਢੇ ਗਏ ਜੀ। ਪਤਾ ਨਹੀਂ ਜੀ ਕਾਰਨ, ਵੇਖੋ ਮੈਂ ਨਾ ਇਲੈਕਸ਼ਨ ਲੜ ਰਿਹਾ ਜੀ, MP ਉਮੀਦਵਾਰ ਹੈਗਾ ਫਿਰੋਜ਼ਪੁਰ ਲੋਕ ਸਭਾ ਸੀਟ ਤੋਂ, ਪਤਾ ਨਹੀਂ ਕਿੰਨੇ ਕੀ ਹਮਲਾ ਕਰਾਇਆ। ਮੈਂ ਤਾਂ ਪਤਾ ਨਹੀਂ, ਹੋ ਸਕਦਾ ਕੋਈ ਵਿਰੋਧੀ ਦਲ ਦਾ ਕੰਮ ਹੋਵੇ, ਪਤਾ ਨਹੀਂ, ਦੇਖਿਆ ਨਹੀਂ। ਮੈਂ ਤਾਂ ਪੁਲਿਸ ਨੂੰ ਪਤਾ, ਮੈਂ ਚਾਹੁੰਦਾ ਇਨਸਾਫ਼ ਮਿਲਣਾ ਚਾਹੀਦਾ ਜੀ, ਐਵੇਂ ਮੰਨ ਲਓ ਕਿਧਰੇ ਵੀ ਕੋਈ ਹਮਲਾ ਕਰ ਸਕਦਾ ਹੈ, ਕੱਲ੍ਹ ਨੂੰ ਜਿਵੇਂ ਧਮਕੀਆਂ ਦਿੱਤੀਆਂ ਕੱਲ੍ਹ ਨੂੰ ਫਿਰ ਕੁਛ ਹੋ ਸਕਦਾ। ਟੈਲੀਫੋਨ ਮਸ਼ਹੂਰ ਹੋਇਆ ਸੀ ਥਾਣਾ, ਉੱਥੋਂ ਮੈਂ ਉਸ ਤੋਂ ਬਾਅਦ ਸਿਟੀ ਵਿਲਾ ਹੋਟਲ ਆ ਹੋਰ ਰੋਡ 'ਤੇ ਫਾਜ਼ਿਲਕਾ, ਉੱਥੇ ਪਹੁੰਚਿਆ ਦੇਖਿਆ ਕਿ ਮੁੰਡਾ ਇੱਕ ਧਰਤੀ 'ਤੇ ਲੰਮਾ ਪਿਆ ਹੋਇਆ ਸੀਗਾ, ਜਿਹਦੇ ਕੋਲ ਸ਼ਰਾਬ ਪੀਤੀ ਦੀ ਸਮੈਲ ਆ ਰਹੀ ਸੀ। ਮੈਨੂੰ ਸ਼ੱਕ ਜ਼ਾਹਰ ਹੋਇਆ ਕਿ ਸ਼ਾਇਦ ਕਿਤੇ ਅੰਦਰੂਨੀ ਸੱਟਾਂ ਹੋਣ, ਉਹਨੂੰ ਅੱਜ ਹੋਸਪਿਟਲ ਲੈ ਕੇ ਪੁੱਜਿਆ ਮੈਂ, ਜਿਹਦੇ ਬਾਰੇ ਡਾਕਟਰ ਸਾਹਿਬ ਕੋਲੋਂ ਲਿਖਤੀ ਰਾਏ ਹਾਸਲ ਕੀਤੀ ਗਈ। ਡਾਕਟਰ ਸਾਹਿਬ ਨੇ ਵੀ ਅਲਕੋਹਲ ਦਾ ਸੇਵਨ ਕੀਤਾ ਹੋਇਆ, ਮੈਨੂੰ ਲਿਖਤੀ ਜ਼ਰੂਰ ਦਿੱਤੀ ਹੈ ਇਲਾਜ ਅਧੀਨ। ਦੇਖੋ ਜੀ ਇਹਨਾਂ ਕੋਲ ਉੱਥੇ ਪਹਿਲਾਂ ਵੀ ਕੀਤੀ ਹੋਈ, ਸਾਡੇ ਸਾਹਮਣੇ ਵੀ ਆਪਸ ਵਿੱਚ ਇਹਨਾਂ ਨੇ ਖੁੱਲ੍ਹੇ ਜੋ ਅੱਗੇ ਮਾਮਲਾ ਸਾਹਮਣੇ ਪੇਸ਼ ਆਊਗਾ ਅਮਲ 'ਚ ਲਿਆਂਦੀ ਜਾਊਗੀ। ਨਹੀਂ ਉਸ ਵੇਲੇ ਤਾਂ ਲੰਬਾ ਪਿਆ ਸੀ ਧਰਤੀ 'ਤੇ, ਪਹਿਲਾਂ ਮੇਰੇ ਤੋਂ ਪਤਾ ਨਹੀਂ ਵੀ ਪਹਿਲਾਂ ਇਹਨਾਂ ਨੂੰ ਕੁਮਾਰ ਕੁੱਟ ਹੋਈ ਆ, ਕੀਤੀ ਆ ਜਾਂ ਨਹੀਂ ਕੀਤੀ। ਮੇਰੇ ਸਾਹਮਣੇ ਤਾਂ ਬਾਅਦ ਦੇ ਵਿੱਚ ਹੀ ਉਲਝੇ, ਕਿਉਂਕਿ ਨਸ਼ਰਾਬ ਪੀਤੀ ਸੀ, ਉਹਦੇ ਆਪਦਾ ਨਸ਼ਾ ਸੀਗਾ, ਮੇਰੇ ਰੁਕਦੇ ਰੁਕਦੇ ਹੀ ਆਪਸ ਵਿੱਚ ਉਲਝੇ। ਤਾਂ ਉਮੀਦ ਜੀ ਆ ਮੈਨੂੰ ਮਿਲੇ ਆ, ਮੈਨੂੰ ਤਾਂ ਇਹਨਾਂ ਦੇ ਤਿੰਨ ਪੇਸ਼ੈਂਟ ਦਾ ਨਹੀਂ, ਦੂਜੀ ਪਾਰਟੀ ਉਹਦੀ ਅੰਦਰੂਨੀ ਸੱਟਾਂ ਜ਼ਾਹਰ ਕੀਤੀਆਂ ਉਹਨੇ ਵੀ ਮੇਰੇ ਅੰਦਰੂਨੀ ਸੱਟ ਆ, ਕੁਝ ਸਿਰ 'ਤੇ ਵੀ ਆਪਣੇ ਖੂਨ ਵਗੈਰਾ ਜੰਮਿਆ ਹੋਇਆ ਸੀ, ਰੋਗੜਾ ਬਣ ਗਿਆ। ਮੌਕੇ 'ਚ ਅਰੈਸਟ ਹੋਈ ਜਿਹੜਾ ਸ਼ਰਾਬੀ ਇਹਦਾ ਮੈਡੀਕਲ ਹੀ ਕਰਾਉਣ ਲੈ ਕੇ, ਹੋਰ ਕਿਹਨੂੰ ਅਰੈਸਟ ਕਰਨਾ, ਇੱਕ ਪਰਸਨ ਉਹ ਆ, ਇਹ 3-4 ਦੱਸ ਰਹੇ ਸੱਟਾਂ ਲੱਗ, ਨਹੀਂ ਜੀ ਉਹ ਤਾਂ ਇਲਾਜ ਦੇ ਨਾ, ਜੇਕਰ ਡਾਕਟਰ ਸਾਹਿਬ ਡਿਸਚਾਰਜ ਕਰਦੇ ਆ ਤਾਂ ਮੈਂ ਹੁਣੇ ਉਹ ਥਾਣੇ ਲੈ ਜਾਊਂਗਾ, ਜੇਕਰ ਸੁਬਹਾ ਡਿਸਚਾਰਜ ਕਰਨਗੇ ਫਿਰ ਜੈਸੀ ਸੂਰਤ ਵੈਸੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਇਹਨੂੰ ਅਲਕੋਹਲ ਸੇਵਨ ਕੀਤਾ ਜਾਪਿਆ, ਇਹਦੇ ਕੋਲੋਂ ਬਦਬੂ ਜਾਂ ਸਮੈਲ ਜਿਹੜੀ ਸੀ ਉਹ ਆ ਰਹੀ ਸੀਗੀ, ਮੈਂ ਤਾਂ ਉਹਦਾ ਆਈਡੈਂਟੀਫਾਈ ਕਰ ਲਈ ਲੈ ਕੇ ਆਇਆ ਡਾਕਟਰ ਸਾਹਿਬ ਕੋਲ। ਡਾਕਟਰ ਸਾਹਿਬ ਨੂੰ ਮੈਂ ਲਿਖਤੀ ਦਰਖਾਸਤ ਪੇਸ਼ ਕੀਤੀ ਹੈ, ਜਿਨ੍ਹਾਂ ਨੇ ਅਲਕੋਹਲ ਸੇਵਨ ਕੀਤੇ ਬਾਰੇ ਦੱਸਿਆ ਗਿਆ ਮੈਨੂੰ ਲਿਖਤੀ ਰਿਪੋਰਟ ਦਿੱਤੀ ਹੈ, ਅਤੇ ਬਾਕੀ ਉਹਦੇ ਜਿਹੜਾ ਮਜਰੂਬ ਰਾਮ ਲਾਲ ਹੈ ਉਹ ਕਹਿੰਦਾ ਵੀ ਮੇਰੇ ਅੰਦਰੂਨੀ ਸੱਟਾਂ ਲੱਗੀਆਂ ਨੇ, ਉਹਨੂੰ ਇਲਾਜ ਦੇਣ ਦਾਖਲ ਹੋਸਪਿਟਲ ਕਰਵਾਇਆ ਗਿਆ। ਬਿਲਕੁਲ ਜੀ ਅਫਸਰਾਂ 'ਤੇ ਹੈ ਧਿਆਨ 'ਚ,
ਮੇਰੇ ਸੀਨੀਅਰ ਬਾਲਾ ਤਰਫ ਅਫੀਸਰ ਸਾਹਿਬ ਆਣਾ ਜੀ ਨੂੰ ਪਹਿਲਾਂ ਗੁਜ਼ਰੀਆ ਟੈਲੀਫੋਨ ਰਹੀ ਵੀ ਹੈ, ਫਰਜ ਕੀਤੇ ਜਾ ਚੁੱਕੇ ਨੇ। ਹਾਂਜੀ, ਮੇਰੇ ਕੋਲ ਨਾ ਟੋਟਲ 4 ਜਣੇ ਇੱਥੇ ਐਡਮਿਟ ਹੋਏ ਆ ਕੇ, 3 ਜਣੇ 10 ਵਜੇ ਆਏ ਸੀਗੇ ਅਤੇ 1 ਜਣਾ 10:25 ਦੇ ਕਰੀਬ ਆਇਆ। ਇਹ ਹੋਟਲ ਸਿਟੀ ਵਿਲਾ ਫਾਜ਼ਿਲਕਾ ਦੇ ਕੋਲ ਕੋਈ ਲੜਾਈ ਝਗੜਾ ਹੋਇਆ, ਉਹਦੇ ਕੇਸ ਵਿੱਚ ਇੱਥੇ ਆ ਕੇ ਦਾਖਲ ਹੋਏ ਸਰ। ਆਪਾਂ ਐਮ ਐਲ ਆਰ ਕੱਟ ਤੀ 4 ਦੀ, 4 ਦੀ ਆਪਾਂ ਸੂਚਨਾ ਫਾਜ਼ਿਲਕਾ ਨੂੰ ਦੇ ਦਿੱਤੀ ਹੈ, ਫਾਜ਼ਿਲਕਾ ਸਿਟੀ ਥਾਣੇ 'ਚ ਪਹੁੰਚਾ ਦਿੱਤੀ ਹੈ। ਸੱਟਾਂ ਹੈਗੀਆਂ ਹੈ, ਮਤਲਬ ਦੋਨਾਂ ਤਿੰਨਾਂ ਨੂੰ ਹੈਗੀਆਂ। ਹਾਂਜੀ, ਆਏ ਆ ਆਪਣੇ ਕੋਲ, ਉਹਨਾਂ ਦੇ ਵੀ ਸੱਟ ਹੈਗੀ ਹੈ, ਕਾਫੀ ਸੱਟ ਹੈਗੀ, ਹੱਥ 'ਤੇ ਸੱਟ ਹੈਗੀ ਉਹਨਾਂ ਦੇ, ਉਮੇਸ਼ ਕੁਮਾਰ। ਅੱਛਾ, ਉਹਨਾਂ ਦੀ ਵੀ ਸੱਟ ਮਿਲੀ? ਹਾਂਜੀ ਹਾਂਜੀ, ਉਹਨਾਂ ਦੇ ਹੱਥ 'ਤੇ ਸੱਟ ਲੱਗੀ, ਉਹਨਾਂ ਦੇ 3 ਬੰਦੇ ਸੀ। ਅੱਛਾ, ਅਤੇ ਦੂਜੇ ਧਿਰ ਦੇ? ਇੱਕ ਬੰਦੇ। 4 ਦੇ ਐਮ ਐਲ ਆਰ ਕੱਟ ਕੇ ਸਿਟੀ ਥਾਣੇ ਪਹੁੰਚਾ ਦਿੱਤੀ ਹੈ, ਅੱਗੇ ਜੋ ਵੀ ਹੈ ਪੁਲਿਸ ਕਰ ਰਹੀ। ਨਹੀਂ, 4 ਸਟੇਬਲ ਨੇ।